ਭਾਜੀ ਮੇਰੀ ਗੱਲ ਸੁਣੋ ਵੀ ਪਿਆਣਾ ਮੇਰੇ ਮੁੰਡੇ ਨੂੰ ਖਾ ਗਈ ਦੇ ਹਾਏ ਮੈਂ ਕੀ ਕਰਾਂ ਜੀ ਇਹ ਮੈਂ ਮਰ ਗਈ ਦੇ ਹਾਏ ਮੇਰੇ ਮਰ ਗਈ ਕਰ ਬੜਾ ਰੋਇਆ ਮੇਰਾ ਪੁੱਤ ਤੇਰੇ ਸਾਜਨ ਤਿੰਨ ਬਣਾਇਆ ਤਿੰਨੇ ਨੋਕੜੇ ਆਜਾ ਬੰਦਾ ਮਰ ਗਿਆ ਕੀ ਕਰੀਏ ਦੱਸਣ ਉਹਨਾਂ ਦੇ ਸੋਇਆ ਬਦ ਸੋਰੀਆ ਕੇ ਪੈਸੇ ਦੇ ਲੈ ਲੈ ਕੇ ਸਾਡੇ ਮੁੰਡੇ ਨੂੰ ਚਿੱਤਰ ਮਾਰੇ ਗਏ ਆ ਵੋਟੀ ਲੜ ਕੇ ਗਈ ਕੱਲ ਤਲਾਕ ਵਾਸਤੇ ਆਏ ਕਹਿੰਦੀ ਮੈਂ ਤਲਾਕ ਲੈਣਾ ਦੋ ਪੁਲਿਸ ਵਾਲੇ ਬੰਦੇ ਇੱਕ ਬਲਦੇਵ ਸਿੰਘ ਰਸ਼ਪਾਲ ਸਿੰਘ ਉਹਨਾਂ ਨੇ ਬੜਾ ਨਜਾਇਜ਼ ਨੂੰ ਕੁੱਟਿਆ ਇਹਦੀ ਸੱਸ ਬੜਾ ਬੋਲੀ ਜ਼ੋਰਾ ਬੜਾ ਬੋਲਿਆ ਵੋਟੀ ਨੇ ਕੁੱਟ ਬੜੀ ਪਵਾਈ ਮੇਰਾ ਮੁੰਡਾ ਡਿਪਰੈਸ਼ਨ ਲੈ ਗਿਆ ਵੀ ਮੇਰੀ ਜੇਲ੍ਹ 'ਚ ਬੜੀ ਬੇਇੱਜ਼ਤੀ ਹੋ ਗਈ ਡਾਲੇ 'ਚ ਸ਼ੇਰ ਤਾਂ ਕਹੀ ਜਾਂਦਾ ਸੀ ਮੈਂ ਮਰ ਜਾਣਾ ਸਾਨੂੰ ਕੀ ਪਤਾ ਇਹ ਮੁੰਡਿਆਂ ਨੇ ਰਾਤੀ ਸੈੱਟ ਸੁੱਟ ਕੀਤਾ ਫਿਰ ਉਹਨੇ ਡਿਪਰੈਸ਼ਨ 'ਚ ਆਪਣੀ ਜਾਨ ਦੇ ਦਿੱਤੀ ਮੈਨੂੰ ਇਨਸਾਫ ਦਵਾਓ ਉਹਨਾਂ ਚਾਰਾਂ 'ਤੇ ਪਰਚਾ ਕਰਾਓ मैनूं भी धक्के मारे बलदेव सिंह ने बोलता सी मम्मी तू क्यों आई आ मैं तेनू कुट दे मैं आवांगी एदी वोटी ने सस ने सहुरे परिवार ने बड़ा धक्का किया ਡਿਪਰੈਸ਼ਨ ਚ ਚਲ ਗਿਆ ਕਿੱਦਾਂ ਮੇਰੀ ਬੜੀ ਬੇਇੱਜ਼ਤੀ ਹੋ ਗਈ ਇਹਨਾਂ ਨੇ ਪੁਲਿਸ ਵਾਲਿਆਂ ਨੇ ਬੜਾ ਕੁੱਟਿਆ ਇਹਨੂੰ ਤੁਹਾਡੇ ਬੇਟੇ ਦਾ ਨਾਂ ਕੀ ਹੈ ਮੋਨੂ ਨਿਤਨ ਕੁਮਾਰ ਮੋਨੂ ਉਹਦਾ ਪਰਿਵਾਰ ਸਾਰਾ ਤਾਣੀਆਂ ਉਹਦਾ ਉਹਦੀ ਮਾਂ ਤੇ ਉਹਦਾ ਪਿਓ ਆਇਆ ਸੀਗਾ ਉਹਨੇ ਬਹੁਤ ਜ਼ਿਆਦਾ ਟੌਰਚਰ ਕਰਕੇ ਇਹਨੂੰ ਤੇ ਪੁਲਿਸ ਵਾਲਿਆਂ ਨੇ ਮਤਲਬ ਹੱਥੋਂ ਪਾਈ ਹੋਏ ਆ ਪੁਲਿਸ ਵਾਲਿਆਂ ਨੇ ਉਹਨੂੰ ਕੁੱਟਿਆ ਉੱਥੇ ਇਹਨਾਂ ਨੂੰ ਦੋ ਜਿਹੜੇ SI ਉਹਨਾਂ ਨੇ ਕੁੱਟਿਆ ਇਹਨੂੰ ਤੇ ਉਹ ਕੁੱਟ ਕੇ ਬਸ ਉਹਨਾਂ ਨੇ ਉਹਦੀ ਬੇਇੱਜ਼ਤੀ ਆਪਣੀ ਬਹੁਤ ਜ਼ਿਆਦਾ ਉਹਦੀ ਬੇਇੱਜ਼ਤੀ ਕੀਤੀ ਉਹਤੇ ਬੁਲਾ ਗਏ ਉਹਨਾਂ ਨੇ ਉਹ ਬੇਇੱਜ਼ਤੀ ਦੇ ਕਰਕੇ ਉਹਨੇ ਆਪਣਾ ਸੁਸਾਈਡ ਕਰ ਲਿਆ ਤੇ ਕੱਲ੍ਹ ਇਹਦਾ ਤਲਾਕ ਹੋਣ ਦੇ ਸੈਂਡ ਕਰਾਏ ਉਹਨਾਂ ਨੇ ਵੀ ਤੇਰਾ ਤਲਾਕ ਹੋ ਗਿਆ ਉਹ ਤਲਾਕ ਨਹੀਂ ਦੇਣਾ ਚਾਹੁੰਦਾ ਸੀਗਾ ਪਰ ਇਹਨਾਂ ਨੇ ਕੁੜੀ ਨੇ ਉਹਦੀ ਮਾਂ ਨੇ ਕੁੜੀ ਦੀ ਮਾਂ ਨੇ ਉਹਨੂੰ ਜ਼ਬਰਦਸਤੀ ਮਤਲਬ ਟੌਰਚਰ ਕਰਕੇ ਵਾਰ ਵਾਰ ਇੱਕੋ ਗੱਲ ਕਰਦੀ ਪਈ ਵੀ ਤੂੰ ਤਲਾਕ ਦੇ ਤਲਾਕ ਦੇ ਤਲਾਕ ਦੇ ਤੇ ਬਸ ਉਹ ਟੌਰਚਰ ਕਰਕੇ ਉਹ ਦਿਲ ਤੇ ਲੈ ਗਿਆ ਤੇ ਉਹਨੇ ਅੱਜ ਆਪਣੀ ਜੀਵਨ ਦਾ ਸਮਾਪਤ ਕਰ ਦਿੱਤੀ ਨਹੀਂ ਇਹ ਐਕਚੁਅਲੀ ਇਹ ਤਾਂ ਆਪਣੀ ਪਤਨੀ ਨਾਲ ਝਗੜਾ ਸੀ ਮਾਮੂਲੀ ਗੱਲ ਜਿੱਦਾਂ ਮੀਆਂ ਬੀਬੀ ਦਾ ਆਮ ਝਗੜਾ ਹੁੰਦਾ ਉਸ ਸੰਬੰਧੀ ਦਰਖਾਸਤ ਆਈ ਸੀ ਤੇ ਇਹਨਾਂ ਸੋਮਵਾਰ ਦਾ ਟਾਈਮ ਲਿਆ ਸੀ ਉਹ ਹੁਣ ਪਤਾ ਨਹੀਂ ਇਨ ਬਿਟਵੀਨ ਕੀ ਗੱਲ ਹੋਈ ਆ ਤੇ ਇਹਨੇ ਆ ਸਟੈਪ ਚੁੱਕ ਲਿਆ ਹੁਣ ਉਹਨੂੰ ਤਸਦੀਕ ਕਰਕੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਜੇ ਤੇ ਕੋਈ ਗੱਲ ਹਜੇ ਤੱਕ ਸਾਹਮਣੇ ਨਹੀਂ ਜੇ ਕੋਈ ਜਿਹੀ ਗੱਲ ਸਾਹਮਣੇ ਆਊਗੀ ਤਾਂ ਕਾਰਵਾਈ ਕੀਤੀ ਜਾਊਗੀ ਜੀ।